ਕੀ ਨਾਮ ਹੈ ਰਜਿੰਦਰ ਕੌਰ ਤੁਸੀਂ ਅੱਜ ਵਰਿੰਦਰ ਵਕੀਲ ਦੇ ਹੱਕ ਚ ਚੋਣ ਪ੍ਰਚਾਰ ਕਰਨ ਨਾਲ ਲੈ ਰਹੇ ਕਿ ਵਿਹਾਰ ਕਿਦਾਂ ਲੱਗ ਰਿਹਾ ਤੁਹਾਨੂੰ ਇੱਥੇ ਵਧੀਆ ਲੱਗ ਰਿਹਾ ਜੀ ਮਾਹੌਲ ਅੱਜ ਇਧਰ ਪਿੰਡਾਂ ਵਿੱਚ ਕਿਦਾਂ ਰੁਝਾਨ ਲੱਗ ਰਿਹਾ ਲੋਕਾਂ ਦਾ ਪਿੰਡਾਂ ਦੇ ਵਿੱਚ ਜੀ ਲੋਕ ਬਹੁਤ ਦੁਖੀ ਨੇ ਰਜਾਨ ਜੀ ਵੋਟ ਅੱਗੇ ਵੀ ਪਾਉਂਦੇ ਆਏ ਨੇ ਪਰ ਹੁਣ ਇਹਨਾਂ ਪਾਰਟੀਆਂ ਤੋਂ ਬਹੁਤ ਦੁਖੀ ਨੇ ਇਹ ਪਾਰਟੀਆਂ ਨੇ 70 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਹੁਣ ਲੋਕ ਕਰਨ ਵੀ ਕੀ ਜੀ ਇਸ ਟਾਈਮ ਤਾਂ ਇਹਨਾਂ ਦੇ ਲੋਕਾਂ ਦੇ ਵਿੱਚ ਹੁਣ ਅਸੀਂ ਵੀ ਕੀ ਕਰ ਸਕਦੇ ਹਾਂ ਜੀ ਪਰ ਬਹੁਤ ਦੁਖੀ ਜ਼ਿਆਦਾ ਨੇ ਕੋਈ ਸਿਸਟਮ ਨਹੀਂ ਕੋਈ ਸਹੂਲਤਾਂ ਨਹੀਂ ਕੋਈ ਸਕੂਲ ਨਹੀਂ ਕੋਈ ਹਸਪੀਟਲ ਨਹੀਂ ਤੇ ਵਿਚਾਰੇ ਲੋਕ ਕਰਨ ਕੀ ਇਸ ਵੇਲੇ ਬਦਲਾਵ ਲਿਆਣਾ ਆਵਾਂ ਦੀ ਪਾਰਟੀ ਦਾ ਹਾਂਜੀ ਬਦਲਾਅ ਲਿਆਉਣ ਨੂੰ ਤਿਆਰ ਨੇ ਜੀ ਲੋਕ ਠੀਕ ਹੈ ਜੀ ਓਕੇ ਕੀ ਨਾਮ ਹੈ ਕਾਂਤਾ ਗੋਇਲ ਮੈਮ ਕੀ ਕਹਿਣਾ ਚਾਹੋ ਜਿਹੜਾ ਤੁਸੀਂ ਪਿੰਡਾਂ ਵਿੱਚ ਚੋਰ ਪ੍ਰਚਾਰ ਕਰ ਰਹੇ ਹੋ ਬੇਟੇ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਨਜ਼ਰ ਆ ਰਿਹਾ ਸਾਰੇ ਪਾਸੇ ਇਹਨਾਂ ਨੂੰ ਜੇ ਇੱਕੋ ਇੱਕ ਉਮੀਦ ਹੈ ਤਾਂ ਉਹ ਇਸ ਆਮ ਆਦਮੀ ਪਾਰਟੀ ਤੋਂ ਹੀ ਲੋਕਾਂ ਦਾ ਝਾੜੂ ਵੱਲ ਪੂਰਾ ਉਲਾਰ ਹੋਇਆ ਹੋਇਆ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਰੋਕ ਸਕਦਾ ਜਿਹੜੀ ਸਿਆਸੀ ਪਾਰਟੀ ਆਪਾਂ ਗੱਲ ਕਰੀਏ ਬੀਬੀ ਰਜਿੰਦਰ ਕੌਰ ਭੱਟਲ ਇੱਥੇ ਚੋਣ ਮੈਦਾਨ 'ਚ ਨੇ ਪਰਮਿੰਦਰ ਢੀਂਡਸਾ ਨੇ ਉਹਨਾਂ ਕਿੱਦਾਂ ਮੁਕਾਬਲਾ ਸਮਝੋ ਤੁਹਾਡਾ ਉਹਨਾਂ ਦਾ ਮੇਰੇ ਮੁਤਾਬਕ ਤਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ ਕਿਸੇ ਤਰੀਕੇ ਵੀ ਨਹੀਂ ਬਣਦਾ ਕਿਉਂਕਿ ਨਾ 25 ਸਾਲਾਂ 'ਚ ਬੀਬੀ ਭੱਟਲ ਨੇ ਕੁਛ ਕੀਤਾ ਨਾ 19 ਸਾਲਾਂ ਦੇ ਵਿੱਚ ਉਹਨਾਂ ਨੇ ਕੁਛ ਕੀਤਾ ਅਕਾਲੀਆਂ ਨੇ ਅਤੇ ਹੁਣ ਢੀਂਡਸਾ ਸਾਹਿਬ ਨੇ ਰਹਿਣਾ ਖੁੰਦਾ ਬੀਜੇਪੀ ਨਾਲ ਹੱਥ ਮਿਲਾਇਆ ਦੇਖੋ ਜਿਨ੍ਹਾਂ ਨੇ ਸਾਡੀ ਕਿਸਾਨੀ ਨੂੰ ਤਬਾਹ ਕਰਕੇ ਰੱਖਤਾ ਕਿਸੇ ਤਰੀਕੇ ਵੋਟ ਮੰਗਣ ਦੇ ਹੱਕ ਹੀ ਨਹੀਂ ਰੱਖਦੇ ਹੈਗੇ ਅਤੇ ਸਾਡੇ ਸਾਰੇ ਲੋਕ ਇਹਨਾਂ ਦੋਨਾਂ ਪਾਰਟੀਆਂ ਤੋਂ ਰਵਾਇਤੀ ਪਾਰਟੀਆਂ ਤੋਂ ਪੂਰੇ ਦੁਖੀ ਨੇ ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਤਰੀਕੇ ਸਾਡਾ ਕੋਈ ਮੁਕਾਬਲਾ ਉਹਨਾਂ ਦੇ ਨਾਲ ਠੀਕ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਠੀਕ ਕੀ ਨਾਮ ਹੈ ਜੀ ਸ਼ਮਸ਼ੇਰ ਸਿੰਘ ਹੈ ਜੀ ਜਿਹੜਾ ਪਿੰਡ ਵਿਖੇ ਅੱਜ ਭਟਾਲ ਖੁਰਦ ਪ੍ਰੋਗਰਾਮ ਸੀਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਪ੍ਰੋਗਰਾਮ 'ਚ ਬਾਰਾਂ ਨਹੀਂ ਕਹਾਂ ਜੀ ਇੱਕ ਇੱਕ ਵੋਟ ਇੱਕ ਇੱਕ ਵੋਟ ਝਾੜੂ ਵਾਲਾ ਨੂੰ ਕੀ ਕਾਰਨ ਕੀ ਹੈ ਝਾੜੂ ਵਾਲਾ ਨੂੰ ਵੋਟ ਪਾਉਂਦਾ ਜੀ ਬੰਦਾ ਵਧੀਆ ਜੀ ਕਾਰਨ ਕੋਈ ਖਾਸ ਖਾਸ ਕਹਾਣੀਆਂ ਹੀ ਹੈ ਜੀ ਮਿਲਣ ਜੁਲਣ ਵਾਲਾ ਬੰਦਾ ਹੈ ਜੀ ਠੀਕ ਹੈ ਜੀ ਤੁਹਾਡੀ ਵੋਟ ਹੈਗੀ ਇੱਥੇ ਜੀ ਪਿੰਡ 'ਚ ਮੇਰੀ ਨਹੀਂ ਮੈਂ ਸਪੋਰਟ ਕਰਾਂ ਜੀ ਅੱਛਾ ਜੀ ਠੀਕ ਹੈ ਜੀ ਜੈ ਪ੍ਰਕਾਸ਼ ਖਾਲਮੀ ਉਹ ਹਰਿਆਣਾ ਦਾ ਠੀਕ ਹੈ ਉਹ ਰਾਮ ਪਾਰਟੀ ਨਾਲ ਠੀਕ ਹੈ ਹੋਰ ਬੋਲੋ ਜੀ ਬਸ ਕੀ ਨਾਮ ਅੰਕਲ ਜੀ ਮੇਰਾ ਨਾਮ ਧਰਮਪਾਲ ਫਗੱਟੀ ਜੀ ਅੱਜ ਪਿੰਡ ਵਿਖੇ ਤੁਹਾਡੇ ਕੀ ਪ੍ਰੋਗਰਾਮ ਸੀਗਾ ਤੇ ਕੌਣ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਵਿਖੇ ਜੀ ਰਾਜ ਕੌਰ ਜੋ ਭਗਵੰਤ ਮਾਨ ਦੀ ਸਿਸਟਰ ਅਤੇ ਮੈਡਮ ਕਾਂਤਾ ਇਹਨਾਂ ਪ੍ਰੋਗਰਾਮ 'ਤੇ ਜੀ ਅਤੇ ਉਰੇ ਵੱਧੋ ਵੱਧ ਸਾਰੇ ਪਿੰਡ ਨੇ ਜੀ ਵੱਧੋ ਵੱਧ ਸਹਿਯੋਗ ਦਿੱਤਾ ਜੀ ਵੋਟ ਪਾਉਣ ਦਾ ਅਤੇ ਸਪੋਰਟ ਕਰਨ ਦਾ ਜੀ ਐਵੇਂ ਜੀ ਹੁਣ ਇਹ ਆਪਣਾ ਜੀ ਇੱਕ ਮਤਲਬ ਜਿਹੜਾ ਟੀਨਸ ਹੈ ਜੀ ਇਹਨੇ ਕੀ ਕਰਿਆ ਜੀ ਇਹ ਆਪਣੇ ਜੱਟਾਂ ਦਾ ਵਿਰੋਧੀ ਹੋ ਗਿਆ ਜੀ ਦੇਖੋ 750 ਕਿਸਾਨ ਮਰਿਆ ਜੀ ਜਿਹਦੀ ਮਾਂ ਦੀ ਗੋਲ ਸੁਣੀ ਹੋ ਗਈ ਉਹਨੂੰ ਪੁੱਛੋ ਕੀ ਦੁੱਖ ਹੈ ਹੋਰ ਕਿਸੇ ਨੂੰ ਕੀ ਹੋਰ ਕਿਸੇ ਨੂੰ ਦੁੱਖਾਂ ਦਾ ਕੀ ਪਤਾ ਹੈ ਅਤੇ ਇਹਨੇ ਤਾਂ 2.5 ਸਾਲ ਪਹਿਲੇ ਐਗਰੀਮੈਂਟ ਕਰ ਲਿਆ ਜੀ ਢੀਂਡਸੇ ਦਾ ਦੇਖਣਾ ਵੀ ਆਪਾਂ ਨੇ ਮਤਲਬ ਕਿ ਉੱਧਰ ਆਉਣਾ ਹੈ ਸਮਝਿਆ ਠੀਕ ਦੇਖੋ ਜੀ ਇਹ ਆਮ ਆਦਮੀ ਪਾਰਟੀ ਜਿਹੜੀ ਵਧੀਆ ਪਾਰਟੀ ਇਮਾਨਦਾਰ ਪਾਰਟੀ ਹੈ ਜੀ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਤੋਂ ਤੀਜੀ ਵਾਰ ਬਣ ਰਹੇ ਜੀ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਕੇਜਰੀਵਾਲ ਜੀ ਉਹਨੇ ਇੱਕ ਗੱਲ ਕਹਿਤੀ ਸੀ ਅਗਲੀ ਵਾਰ ਜਦੋਂ ਅਗਲੀ ਵਾਰ ਇਲੈਕਸ਼ਨ ਹੋਈ ਹੈ ਉਹ ਕਹਿੰਦਾ ਅਗਰ ਮੈਂ ਕੰਮ ਕੀਤੇ ਹੈ ਤਾਂ ਮੈਨੂੰ ਵੋਟ ਪਾ ਦਿਉ ਜਿਹਨੇ ਕੰਮ ਕੀਤੇ ਜਾਂ ਫਿਰ ਉਹਨੂੰ ਪਾ ਦਿਉ ਉਹ ਕਹਿੰਦਾ ਮੈਂ ਨਹੀਂ ਵੋਟ ਮੰਗਣ ਜਾਂਦਾ ਲੋਕਾਂ ਨੇ ਵੀ ਲੋਕਾਂ ਨੇ ਉਹਨੂੰ ਇੰਨਾ ਉਤਸ਼ਾਹ ਦਿੱਤਾ ਜੀ ਵੀ ਤੁਸੀਂ ਕਾਗਜ਼ ਭਰ ਕੇ ਜੀ ਆਪਦਾ ਜੀ ਆਰਾਮ ਨਾਲ ਜਿਹੜਾ ਤੁਹਾਡਾ ਕੋਈ ਹੋਰ ਕੰਮ ਹੈ ਉਹ ਕਰੋ ਤੁਹਾਨੂੰ ਇਲੈਕਸ਼ਨ ਵਾਸਤੇ ਕੋਈ ਟਾਈਮ ਖਰਾਬ ਕਰਨ ਤੋਂ ਅਸੀਂ ਜੀ ਆਪਣੇ ਵਕੀਲ ਸਾਹਿਬ ਨੇ ਜੀ ਇਹ 30 ਸਾਲ ਤੋਂ ਰਾਜਨੀਤੀ ਜੁੜੇ ਨੇ ਜੀ ਇਹ ਵੀ ਲੋਕਾਂ ਦਾ ਹਰ ਟਾਈਮ ਕੰਮ ਆਉਂਦੇ ਨੇ ਹਰ ਇੱਕ ਦੇ ਦੁੱਖ ਸਾਂਦੇ ਨੇ ਪਿੰਡ ਖੜੇ ਸਾਰਾ ਜੀ ਪੁੱਛ ਲਓ ਜੀ ਹਰ ਇੱਕ ਦੇ ਜਿਹਦਾ ਨਾਂ ਹੀ ਪਤਾ ਲੱਗੇ ਜੀ ਤਾਂ ਲੱਗਾ ਹੈ ਜੇ ਪਤਾ ਲੱਗੇ ਜੀ ਹਰ ਇੱਕ ਦੇ ਦੁੱਖ ਸੋਚ ਕਰਦੇ ਆ ਹੋਰ ਕੋਈ ਲੀਡਰ ਨਹੀਂ ਆਉਂਦਾ ਜੀ ਕੋਈ ਆਉਂਦਾ ਨਹੀਂ ਕੋਈ ਆਉਂਦਾ ਨਹੀਂ ਇਹ ਮਤਲਬ ਜੀ ਇਹ ਕੋਈ ਵੋਟਾਂ ਕਰਕੇ ਨਹੀਂ ਆਉਂਦਾ ਜੀ ਇਹ ਇਹਦੇ ਆਪਦੇ ਨਿੱਜੀ ਰਿਸ਼ਤੇ ਨੇ ਜੀ ਆਪਦਾ ਨਿੱਜੀ ਪਰਿਵਾਰ ਹੈ ਹਰ ਇੱਕ ਪਿੰਡ 'ਚ ਇਹਦਾ ਬਣਾਇਆ ਜੀ ਇਹ ਆਪਦੇ ਮਤਲਬ ਜੀ ਕੋਈ ਵੋਟਾਂ ਦਾ ਇਹਨੂੰ ਕੋਈ ਮਤਲਬ ਜੀ ਕੋਈ ਹੋਰ ਮਤਲਬ ਕਹਿੰਦਾ ਜੀ ਲੋਕਾਂ ਦਾ ਮਤਲਬ ਸੇਵਾ ਕਰਨੀ ਹੈ ਅਤੇ ਸੇਵਾ ਹੀ ਕਰਦੇ ਲਹਿਰਾ ਅੱਗ ਤੋਂ ਫਿਰ ਵਕੀਲ ਸਾਹਿਬ ਨੇ ਜਿੱਤ ਆਓਗੇ ਜੀ 110% ਜੀ ਠੀਕ ਹੈ ਜੀ 110% ਜਿੱਤ ਪੱਕੀ ਹੈ ਲੋਕ ਜੀ ਲੋਕ ਮੱਲੋ ਮੱਲੇ ਜੀ ਲੋਕ ਮੱਲੋ ਮੱਲੀ ਜੀ ਬਿਨਾਂ ਮਗੇ ਬੁਲਾਏ ਜੀ ਬਿਨਾਂ ਕਰੀ ਇੰਨਾ ਸਾਹ ਜੀ ਵੀ ਅਸੀਂ ਇੱਕ ਮੌਕਾ ਜ਼ਰੂਰ ਦੇਵਾਂਗੇ ਠੀਕ ਹੈ ਲੋਕ ਮੌਕਾ ਦੇਣ ਜੀ ਵੋਟਰ ਸਾਰੇ ਮੌਕਾ ਦੇਣ ਜੀ ਮੈਂ ਇੱਕ ਵਿਸ਼ਵਾਸ ਮੰਨਦਾ ਜੀ ਬਿਨਾਂ ਇਹ ਕੰਮ ਛੋਟੇ ਮੋਟੇ ਕੰਮ ਦੇ ਪਿੰਡ 'ਚ ਹੀ ਹੋ ਜਾ ਕਰਨਗੇ ਜੀ ਜੋ ਕੋਈ ਵੱਡਾ ਕੰਮ ਹੈ ਜੀ ਇਹਨਾਂ ਨੂੰ ਨਾ ਤਾਂ ਕੋਈ ਚੰਡੀਗੜ੍ਹ ਜਾਣ ਦੀ ਲੋੜ ਜੀ ਨਾ ਕਿਤੇ ਹੋਰ ਜਾਣ ਦੀ ਲੋੜ ਕਿਉਂ ਚੰਡੀਗੜ੍ਹ ਕਿਵੇਂ ਜਾਊਗਾ ਜੀ ਗਰੀਬ ਬੰਦਾ ਜੀ ਮਤਲਬ ਜੀ ਹਰ ਇੱਕ ਕਿਸੇ ਹੈ ਜੀ ਉਹ 'ਚ ਜੀ
ਤੇ ਪਹਿਲਾਂ ਜੀ ਆਪਾਂ ਕਾਰ ਪੁੱਛਾਂਗੇ ਕਿਸੇ ਦੀ ਕਾਰ ਪੁੱਛ ਲਈ ਜੀ ਫਿਰ ਜੇ 5000 ਰੁਪਏ ਜਿੰਦੇ ਜੀ ਫਿਰ 5000 ਰੁਪਏ ਨਹੀਂ ਹੈਗਾ ਜੀ ਤੇ ਇਸ ਕਰਕੇ ਜੀ ਇਹ ਜੀ ਉਰੇ ਤੋਂ ਸਾਈਕਲ ਤੱਕ ਵੀ ਜਾ ਸਕਦੇ 10 ਕਿਲੋਮੀਟਰ ਜੀ ਕੋਈ ਮੋਟਰਸਾਈਕਲ ਵੀ ਤੇਲ ਫੁੱਕਣ ਦੀ ਲੋੜ ਨਹੀਂ ਕਿਸੇ ਨੂੰ ਇਹ ਸਾਈਕਲ 'ਤੇ ਵੀ ਜਾ ਸਕਦੇ ਜੇ ਕੋਈ ਇਹਨਾਂ ਦਾ ਵੱਡਾ ਕੰਮ ਨਹੀਂ ਇਹਨਾਂ ਇਹਨੂੰ ਕਿਤੇ ਜਾਣ ਜੋੜ ਇੱਥੇ ਬੈਠੇ ਇਹਨਾਂ ਦੀ ਫੈਲ ਉੱਥੇ ਬਹਿ ਕੇ ਉੱਥੇ ਹੀ ਦਫ਼ਤਰ ਜਾਊਗੀ ਉੱਥੇ ਕੰਮ ਹੋਊ ਜੀ ਆਹ ਸੁਣ ਲਓ ਜੀ ਆਹ ਫਿਰਦੇ ਨੇ ਕਾਂਗਰਸ ਵਾਲੇ ਜੀ ਹੁਣ ਜੀ ਇਹਨੇ ਕੀ ਕਰੇ ਜੀ ਇਹ ਕਹਿੰਦਾ ਜੀ ਮੋਦੀ ਨੂੰ ਜਾ ਕੇ ਮਿਲੇ ਜੀ ਇਹ ਚੰਨੀ ਜੀ ਕਹਿੰਦਾ ਤੇ ਇੱਥੋਂ ਰੜਕ ਕਹਿੰਦਾ ਘੱਟ ਨਿਕਲੀ ਹੈ ਕਹਿੰਦਾ ਜਿਹੜੀ ਮੈਂ ਰੜਕ ਕਢਾਊਂਗਾ ਕਹਿੰਦਾ ਲੋਕ ਦੇਖਣਗੇ ਕਹਿੰਦਾ ਵੀ ਤੇਰੇ ਕੋਲ ਇਹੋ ਜਿਹਾ ਕੀ ਜਾਦੂ ਹੈ ਕਹਿੰਦਾ ਜਾਦੂ ਜਿਵੇਂ ਆਹ ਕਣਕ ਕਹਿੰਦਾ ਹੁਣ ਤਾਂ ਇੰਨੀ ਨਿਕਲ ਕਹਿੰਦਾ ਕਹਿੰਦਾ ਜਾਦੂ ਮੈਂ ਦਿਖਾ ਦੂੰਗਾ ਸ਼ੇਰ ਨੇ ਯੂਰੀਆ ਦੀ ਝੋਟ ਪਾ ਦਿੱਤੀ ਉਹ ਜ਼ਿਮੀਂਦਾਰ ਵਿਚਾਰਾ ਫੋਨ ਆਉਂਦਾ ਖੁਦ ਮੈਂ ਅੜਦੀ ਹਾਂ ਲਾਲਾ ਜੀ ਇੱਕ 3000-10 ਐਲੇ ਯੂਰੀਆ ਲਿਆਉਣੀ ਹੈ ਹਾਂ ਬਿੱਲੇ 3000 ਦੇ ਆ ਜਾਣਗੇ ਨਾ ਜੀ 6000 ਰੁਪਏ ਜਿੰਦਾ ਜੀ ਕਿਵੇਂ ਜੀ ਦੇਖੋ ਜੀ ਰੇਤਾ ਜੀ ਐਡੀ ਦੂਰ ਜਾਣਾ ਪਊ ਜੀ ਕਿਰਾਇਆ ਵੀ ਲੱਗੂ ਭੜਾ ਵੀ ਲੱਗੂ ਜੀ ਵਿਚਾਰੇ 3 ਵਜੇ ਤੁਰਦੇ ਨੇ ਕੋਈ ਰਾਹ 'ਚ ਐਕਸੀਡੈਂਟ ਹੋ ਜੇ ਹੋਰ ਹੋ ਜੇ ਕੋਈ ਇਹਨਾਂ ਨੂੰ ਪਰਵਾਹ ਨਹੀਂ ਹੈ ਗੌਰਮੈਂਟਾਂ ਨੂੰ ਇਹਨੂੰ ਕੋਈ ਪਰਵਾਹ ਨਹੀਂ ਕਿਸੇ ਤਰ੍ਹਾਂ ਦੀ ਮਰੇ ਪਹਿਲਾਂ ਮਾਰਦੇ 750 ਪੁੱਤ ਕਿਸਾਨਾਂ ਦਾ ਵਿਚਾਰ ਦਾ ਪਹਿਲਾਂ ਕੀ ਕਰ ਲਿਆ ਇਹਨਾਂ ਦਾ ਇੱਕੋ ਜ਼ੋਰ ਹੈ ਕਿਸਾਨ ਦੇ ਮਜ਼ਦੂਰ ਅਤੇ ਵਪਾਰੀ ਦਾ ਇੱਕੋ ਜ਼ੋਰ ਹੈ ਵੀ ਇਹਨਾਂ ਨੂੰ ਹੁਣ ਸਭ ਕੁਛ ਕਹਿ ਦਿਓ ਦੇਖੋ ਜੀ ਇਹਨਾਂ ਨੂੰ ਇੱਕ ਆਜ਼ਾਦੀ ਹੈ ਇਕੱਲੀ ਵੋਟ ਦੀ ਅਗਰ ਇਹ ਵੋਟ ਸਹੀ ਇਸਤੇਮਾਲ ਕਰ ਦੇਣਗੇ ਤਾਂ ਇਹਨੂੰ ਆਜ਼ਾਦੀ ਮਿਲ ਜੂਗੀ ਮੈਂ ਦਾਅਵਾ ਕਰਦਾ ਮੇਰੇ ਪਿੰਡ ਨੱਥੋਂ ਮੇਰੇ ਵੱਤੋਂ ਇਹਨਾਂ ਕੰਮ ਉਰੇ ਬੈਠੇ ਹੋਏ ਠੀਕ ਹੈ ਜੀ।